ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਨਵੇਂ ਬਲੌਗ ਦੇ ਨਾਲ। ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਅੱਜ ਦੇ ਨਾਲ ਮੇਰੇ ਹੈਗੇ ਕਾਂਚਨ ਅਤੇ ਪਿੱਛੇ ਹੂਜ਼ ਔਨ ਦਾ ਬੈਕ ਅਗਮ ਐਂਡ ਨਮਨ ਐਜ਼ ਵੈਲ। ਸੋ ਵੀ ਆਰ ਗੋਇੰਗ ਨਾਓ। ਸੋ ਅੱਜ ਛੁੱਟੀ ਹੈ ਅਤੇ ਛੁੱਟੀ 'ਤੇ ਬੱਚਿਆਂ ਨੂੰ ਚੱਲੇ ਹਾਂ ਘੁਮਾਉਣ ਅਤੇ ਕਹਿੰਦੇ ਕਿ ਕੁਛ ਖਾਣਾ ਪੀਣਾ ਵੀ ਹੈਗਾ। ਸੋ ਇਹਨਾਂ ਨੂੰ ਖਵਾਵਾਂ ਪਿਆਵਾਂਗੇ ਔਰ ਚਲੋ ਹੁਣ ਅੱਗੇ ਦਾ ਚਾਨਣ ਪਾਊਗੀ ਤੁਹਾਡੇ ਨਾਲ ਕਾਂਚਨ। ਕਾਂਚਨ ਦੱਸੋ ਤੁਸੀਂ ਕੀ ਕਰ ਰਹੇ ਹੋ? ਸੀਟ ਪਰ ਬੈਠ ਜਾਓ ਆਪਣੀ ਵੈਬ ਸ਼ੂਟਰ ਸੀਟ ਤੇ ਬੈਠੋ ਐਂਡ ਬੀ ਸਿਟ ਔਨ ਯੂਅਰ ਸੀਟ ਐਂਡ ਬੀ ਯੂਅਰ ਬੈਲਟ ਯੂ ਕੈਨ ਜਸਟ ਸਪੀਕ ਫਰੋਮ ਦਾ ਬੈਕ। ਸੋ ਹੁਣ ਆਪਾਂ ਗੱਲਬਾਤ ਕਰਦੇ ਹਾਂ ਅਗਮ ਦੇ ਨਾਲ। ਅਗਮ ਵਟ ਆਰ ਯੂ ਡੂਇੰਗ ਬੇਬੀ? ਹੈਂ ਵੇਅਰ ਆਰ ਯੂ ਗੋਇੰਗ? ਹੈਂ ਸੋ ਅਗਮ ਆਪਣੀ ਸੀਟ ਤੇ ਜਿਹੜਾ ਹੈ ਪ੍ਰੋਪਰ ਬੈਠਿਆ ਹੋਇਆ ਹੈ ਤੇ ਅੱਜ ਦਾ ਜਿਹੜਾ ਮੌਸਮ ਹੈ ਮੌਸਮ ਬਹੁਤ ਵਧੀਆ ਹੋਇਆ ਹੋਇਆ ਤੇ ਤੁਹਾਨੂੰ ਪਾਉਂਦੇ ਹੁਣ ਮੌਸਮ ਤੇ ਚਾਨਣਾ ਤੇ ਦੇਖੋ ਤੁਸੀਂ ਮੌਸਮ ਤੇ ਤੁਸੀਂ ਦੇਖ ਸਕਦੇ ਹੋ ਕਿ ਵੈਦਰ ਅੱਜ ਦਾ ਜਿਹੜਾ ਹੈਗਾ ਬਹੁਤ ਵਧੀਆ ਹੈ ਤੇ ਆਹ ਜਿਹੜਾ ਹੈਗਾ ਕੋਰੀ ਫਲੈਟ ਏਰੀਆ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਘਰ ਹੈਗੇ ਆ ਉਸ ਮਿੱਟੀ 'ਚ ਬਣੇ ਹੋਏ ਆ ਵਧੀਆ ਪਾਰਕਿੰਗ ਬਣੀ ਹੋਈ ਹੈ ਔਰ ਜਦੋਂ ਵੀ ਤੁਸੀਂ ਸਟੈਂਡਰਡ ਜਾਓਗੇ ਤੁਹਾਨੂੰ ਘਰ ਲੱਭਣ 'ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਊਗੀ। ਇੱਕ ਸਾਈਡ ਤੁਹਾਡੇ ਜਿਹੜੇ ਹੈਗੇ ਆ ਈਵਨ ਨੰਬਰ ਹੋਣਗੇ ਔਰ ਦੂਜੀ ਸਾਈਡ ਜਿਹੜੇ ਹੈ ਔਡ ਨੰਬਰ ਹੋਣਗੇ। ਸੋ ਈਵਨ ਅਤੇ ਔਡ ਓਕੇ ਸੋ ਈਵਨ ਔਡ ਦਾ ਕੰਬੀਨੇਸ਼ਨ ਹੈ। ਅਤੇ ਅੱਜ ਛੁੱਟੀ ਆ ਛੁੱਟੀ ਕਰਕੇ ਸਾਰੇ ਘਰ ਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪਾਰਕਿੰਗ ਆ ਉਹ ਸਾਰੀ ਲੱਗੀ ਹੋਈ ਆ। ਸੋ ਹੁਣ ਆਪਾਂ ਚੱਲਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਅਤੇ ਅੱਜ ਦਾ ਜਿਹੜਾ ਮੌਸਮ ਹੈ ਮੌਸਮ ਬਹੁਤ ਵਧੀਆ ਹੋਇਆ ਹੋਇਆ ਐਨ ਠੰਡਾ ਮੌਸਮ ਹੈ ਬਿਲਕੁਲ ਅਤੇ ਐਨ ਛੁੱਟੀ ਦਾ ਇੰਜੋਏ ਆਨੰਦ ਮਾਣਾਂਗੇ ਅਤੇ ਛੁੱਟੀ ਦੇ ਆਨੰਦ ਦੇ ਨਾਲ ਨਾਲ ਆਪਾਂ ਚੱਲਦੇ ਹਾਂ ਅੱਗੇ ਅਤੇ ਤੁਹਾਨੂੰ ਦਿਖਾਉਂਦੇ ਹਾਂ। ਤੁਸੀਂ ਦੇਖ ਸਕਦੇ ਹੋ ਰੋਡ ਟ੍ਰੈਫਿਕ ਮੈਨੇਜਮੈਂਟ ਵਾਲਿਆਂ ਨੇ ਜਿਹੜੀ ਆਪਦੀ ਗੱਡੀ ਹੈਗੀ ਹੈ ਇੱਥੇ ਖੜ੍ਹੀ ਕਰੀ ਹੋਈ ਆ। ਸੋ ਇਹਦਾ ਮਤਲਬ ਕਿ ਸਮਥਿੰਗ ਕੋਈ ਕੰਮ ਕਰ ਰਹੀ ਆ ਅਤੇ ਉਹ ਟ੍ਰੈਫਿਕ ਦੇ ਉਹਨਾਂ ਨੇ ਆਪਣਾ ਉਹ ਕਰਿਆ ਹੋਇਆ ਅਤੇ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਅਤੇ ਹੁਣ ਚੱਲੀ ਜਾਂਦੇ ਹਾਂ ਆਪਾਂ ਅੱਗੇ। ਸੋ ਹੁਣ ਤੁਹਾਨੂੰ ਕੁਛ ਇਹਦੇ ਬਾਰੇ ਕਾਂਚਨ ਚਾਨਣ ਪਾਊਗੀ ਅਤੇ ਕਾਂਚਨ ਦਿਖਾਓ। ਹੁਣ ਚੱਲਦੇ ਹਾਂ ਕਿਸੇ ਰੈਸਟੋਰੈਂਟ ਤੇ। Why you will shoot me? Not you. Which target you want to shoot? A normal target. Okay. Normal target. So, ਚੱਲਦੇ ਹਾਂ ਜੀ ਉਹਨਾਂ ਦੀ ਨਾ ਤੁਹਾਨੂੰ ਦਿਖਾਉਂਦੇ ਹਾਂ ਆਹ ਜਿਹੜਾ ਆਪਾਂ ਰਸਤਾ ਜਾ ਰਹੇ ਹਾਂ ਇਹ ਰਸਤਾ ਜਾ ਰਿਹਾ ਮਨਕਾਊ ਨੂੰ। ਸੋ ਹੁਣ ਆਪਾਂ ਜਾਵਾਂਗੇ ਮਨਕਾਊ। ਮਨਕਾਊ ਇੱਕ ਛੋਟੀ ਦੀ ਜਿਹੜੀ ਆਪਾਂ ਸਿਟੀ ਕਹਿ ਸਕਦੇ ਹਾਂ ਔਕਲੈਂਡ ਦੇ ਵਿੱਚ ਇੱਕ ਸਿਟੀ ਹੈ ਡਿਸਟ੍ਰਿਕਟ ਮਨਕਾਊ ਹੈ। ਸੋ ਆਪਾਂ ਜਾਵਾਂਗੇ ਮਨਕਾਊ ਤੋਂ ਬਾਅਦ ਆਪਾਂ ਜਾਵਾਂਗੇ ਪੰਜਾਬੀਆਂ ਦੀ ਰਾਜਧਾਨੀ ਪਾਪਾ ਟੋਏ। ਸੋ ਪਾਪਾ ਟੋਏ ਜਿਹੜਾ ਪਲੇਸ ਹੈਗਾ ਉਹ ਪੰਜਾਬੀਆਂ ਵਾਸਤੇ ਫੇਮਸ ਹੈ। ਜ਼ਿਆਦਾਤਰ ਪੰਜਾਬੀ ਪਾਪਾ ਟੋਏ ਮਨਕਾਊ ਮਨਰੇਵਾ ਤਾਕਾਨੀਨੀ ਇਹ ਏਰੀਏ 'ਚ ਰਹਿੰਦੇ। ਸੋ ਚੱਲਦੇ ਹਾਂ ਹੁਣ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੱਗੇ। ਸੋ ਆਹ ਤੁਸੀਂ ਦੇਖ ਸਕਦੇ ਹੋ ਕਿ ਅੱਜ ਰੋਡ 'ਤੇ ਜਿਹੜਾ ਰਸ਼ ਹੈਗਾ ਉਹ ਘੱਟ ਹੈ ਕੋਈ ਬਾਹਲਾ ਜ਼ਿਆਦਾ ਰਸ਼ ਨਹੀਂ ਹੈ। ਸੋ ਜੋ ਰਸ਼ ਹੈਗਾ ਉਹ ਘੱਟ ਹੀ ਹੈ ਅਤੇ ਆਪਾਂ ਚੱਲਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ। ਸੋ ਆਹ ਦੇਖ ਲਓ ਆਪਾਂ ਗੱਡੀ ਜਾ ਰਹੇ ਹਾਂ। ਸੋ ਸੈਟਰਡੇ ਸੰਡੇ ਜਿਹੜਾ ਟਾਈਮ ਹੁੰਦਾ ਹੈ ਫੈਮਿਲੀ ਟਾਈਮ ਹੁੰਦਾ ਬੱਚਿਆਂ ਦੇ ਨਾਲ ਸਪੈਂਡ ਕਰੋ ਤਾਂ ਕਿ ਤੁਸੀਂ ਬਾਹਰ ਹੋ ਤੁਹਾਡੇ 5 ਦਿਨ ਤੁਸੀਂ ਕੰਮ 'ਚ ਚਲੇ ਜਾਂਦੇ ਹੋ। ਸਵੇਰਾ 6 ਵਜੇ ਨਿਕਲ ਜਾਓ ਸ਼ਾਮੀ ਨੂੰ 5, 5:30, 6 ਵਜੇ ਆਓ ਉਦੋਂ ਤੱਕ ਬੱਚੇ ਜਿਹੜੇ ਆ ਉਹ ਆਪਣੇ ਸੋਸੂ ਜਾਂਦੇ ਆ। ਸੋ ਜਿਵੇਂ ਜਿਵੇਂ ਤੁਸੀਂ ਆਪਣਾ ਹੋਊਗਾ ਤਾਂ ਫੈਂਸ
ਮੈਕਸੀਮਮ ਤੇ ਮੈਕਸੀਮਮ ਟਾਈਮ ਕੋਸ਼ਿਸ਼ ਕਰੋ ਕਿ ਆਪਣਾ ਸੈਟਰਡੇ ਸੰਡੇ ਜਿਹੜਾ ਹੈਗਾ ਉਹ ਬੱਚਿਆਂ ਦੇ ਨਾਲ ਗੁਜ਼ਾਰੋ, ਤਾਂ ਕਿ ਬੱਚਿਆਂ ਨੂੰ ਵੀ ਤੁਸੀਂ ਟਾਈਮ ਦੇ ਸਕੋ ਆਪਣੇ ਕੰਮ ਦੇ ਨਾਲ ਨਾਲ। ਇਹ ਨਾ ਹੋਵੇ ਕਿ ਤੁਸੀਂ ਹਰ ਟਾਈਮ ਕੰਮ ਹੀ ਕਰੀ ਜਾਓ, ਉਹ ਵੀ ਇੱਕ ਵਧੀਆ ਗੱਲ ਨਹੀਂ। ਸੋ ਸੈਟਰਡੇ ਸੰਡੇ ਦਾ ਜਿਹੜਾ ਟਾਈਮ ਹੈਗਾ ਉਹ ਬੱਚਿਆਂ ਦੇ ਨਾਲ ਗੁਜ਼ਾਰੋ, ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਮੇਰੇ ਮਾਂ ਪਿਓ ਆ ਕਿਆ ਕਰ ਰਹੇ ਆ ਕਿਆ ਨਹੀਂ। ਉਹਨਾਂ ਨੂੰ ਵੀ ਥੋੜ੍ਹਾ ਹੌਂਸਲਾ ਹੋਵੇ, ਕਿਤੇ ਬਾਹਰ ਲੈ ਕੇ ਜਾਓ, ਉਹਨਾਂ ਨੂੰ ਘੁਮਾਓ, ਪਾਰਕ 'ਚ ਘੁਮਾਓ, ਵਧੀਆ ਟਾਈਮ ਕੁਆਲਿਟੀ ਟਾਈਮ ਜਿਹੜਾ ਹੈਗਾ ਆਪਣੇ ਬੱਚਿਆਂ ਦੇ ਨਾਲ ਸਪੈਂਡ ਕਰੋ, ਵਧੀਆ ਗੱਲ ਆ। ਕੁਛ ਇੱਕ ਮੈਂ ਦੇਖੇ ਆ ਜਿਹੜੇ ਬਾਹਰ ਆਏ ਆ ਬੱਚੇ, ਉਹਨਾਂ ਦੇ ਇੰਡੀਆ ਨੇ, ਅਤੇ ਉਹ ਕੋਈ ਫਾਇਦਾ ਨਹੀਂ ਕਿ ਤੁਸੀਂ ਜਵਾਕ ਜੰਮ ਲਏ, ਜਵਾਕ ਛੱਡ ਦੇ ਇੰਡੀਆ, ਜਵਾਕਾਂ ਨੂੰ ਦਾਦੀ ਦਾਦੀ ਪਾਲੀ ਜਾਂਦੇ ਆ, ਤਿੰਨ ਤਿੰਨ ਚਾਰ ਚਾਰ ਸਾਲ ਬਾਅਦ ਜਵਾਕ ਤੁਹਾਨੂੰ ਦੇਖਦੇ ਆ, ਮੁੜ ਕੇ ਪਛਾਣਦੇ ਨਹੀਂ, ਔਰ ਫਿਰ ਕਹਿੰਦੇ ਜੀ ਸਾਡੇ ਬੱਚੇ ਸਾਨੂੰ ਬੁੱਢੇ ਹੋਏ ਦੇਖਦੇ ਨਹੀਂ। ਤਾਂ ਬੁੱਢੇ ਹੋਏ ਉਹਨਾਂ ਨੇ ਕਿੱਥੇ ਦੇਖਣਾ ਜਦੋਂ ਉਹਨਾਂ ਦਾ ਬਚਪਨ 'ਚ ਤੁਸੀਂ ਉਹਨਾਂ ਨੂੰ ਦੇਖੇ ਨਹੀਂ। ਸੋ ਆਪਣੇ ਬੱਚਿਆਂ ਨੂੰ ਆਪਦੇ ਨਾਲ ਹੀ ਰੱਖੋ, ਉਹਨਾਂ ਨੂੰ ਇੰਡੀਆ ਨਾਲ ਛੱਡੋ। ਦੇਖੋ ਆ ਪਿੱਛੇ ਬੈਠੇ ਹੋਏ ਆ ਦੋ ਸਾਡੇ ਬੰਦੇ ਖਾਸ, ਆ ਦੇਖੋ ਇੱਕ ਨਮਨ ਤੇ ਉਹਦੇ ਨਾਲ ਬੈਠਾ ਹੋਇਆ ਅਗਮ। ਅਗਮ ਦੇਖੋ ਕਿੰਨੇ ਪਿਆਰ ਦੇ ਨਾਲ ਆਪਣੀ ਸੀਟ ਤੇ ਬੈਠਾ ਹੋਇਆ, ਵਧੀਆ। ਇਹ ਨਮਨ ਜਿਹੜਾ ਇਹ ਖਰਾਬ ਹੈ, ਆ ਦੇਖੋ ਆ ਸੀਟ ਤੇ ਉੱਠਿਆ ਹੋਇਆ, ਆਪਣੀ ਸੀਟ ਤੇ ਨਹੀਂ ਸਿੱਟ ਕਰ ਰਿਹਾ। ਨਮਨ ਨਾ ਕਰ, ਆਈ ਵਿਲ ਸ਼ੂਟਿੰਗ ਬੁਲਟ, ਨਾਟ ਸ਼ੂਟਿੰਗ ਬੁਲਟ, ਯੂ ਕੈਨ ਸਿਟ ਔਨ ਯੂਰ ਸੀਟ, ਅਦਰਵਾਇਜ਼ ਵੈਨ ਦਾ ਇਫ ਦਾ ਕੋਪਸ ਸਟਾਪ ਅਸ, ਸੋ ਆਈ ਵਿਲ ਗੋ ਨਾਟ ਟੂ ਲੈਟ them know, ਟੇਕ ਦਿਸ ਗਾਈ ਬਿਕੋਜ਼ ਹੀ ਇਜ਼ ਦਾ ਬੈਡ ਗਾਈ, so he is the only faulty one, not we. No. Are yes look agam, I got a bed agam, you want to say anything? Only kashmiri, say hello. You want to say nothing? ਲਓ ਜੀ ਆਪਾਂ ਪਹੁੰਚ ਗਏ ਰੈਸਟੋਰੈਂਟ 'ਤੇ, ਬਹਿ ਗਏ ਟੇਬਲ 'ਤੇ, ਅਤੇ ਹੁਣ ਕਰਦੇ ਹਾਂ ਔਡਰ। ਅਗਮ ਦੇਖੋ ਕੀ ਕਰ ਰਿਹਾ ਹੈ। ਅਗਮ ਵਟ ਯੂ ਆਰ ਡੂਇੰਗ, ਸੇ ਹੈਲੋ ਅਗਮ, ਸੇ ਹੈਲੋ, ਸੇ ਹੈਲੋ। ਇੱਧਰ ਦੇਖੋ ਸਾਡਾ ਦੂਜਾ ਬੰਦਾ ਇੱਧਰ ਹੈ, ਦਿਖਾਉਂਦੇ ਹਾਂ ਤੁਹਾਨੂੰ। ਨਮਨ ਮੈਨਿਊ ਨੂੰ ਪੜ੍ਹਦੇ ਹੋਏ ਆ ਦੇਖੋ, ਹੁਣ ਲੁੱਕ ਰਿਹਾ ਕੈਮਰੇ ਤੋਂ, ਇੱਧਰ ਉੱਧਰ ਹੋ ਰਿਹਾ। ਸੋ ਦੱਸੋ ਤੁਸੀਂ ਮੈਨਿਊ 'ਚ ਕੀ ਲੱਭ ਰਹੀ ਹੋ? ਵਟ ਯੂ ਨੋ, ਦੱਸੋ ਨਾ ਕਿਆ ਲੱਭ ਰਹੇ ਹੋ ਤੁਸੀਂ? ਇਹ ਸਾਡਾ ਇੱਕ ਬੰਦਾ ਇੱਧਰ ਹੈ, ਉਹ ਲੱਭ ਰਿਹਾ ਕੁਛ ਨਾ ਕੁਛ, ਦੋਵੇਂ ਲੱਗੇ ਹੋਏ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਦੋਵੇਂ ਬੰਦੇ ਕੁਛ ਨਾ ਕੁਛ ਲੱਗੇ ਹੋਏ ਆ ਲੱਭਣ ਨੂੰ। ਸੋ ਵੀ ਦੋਨੋਂ ਗੰਜਾ ਕੁਛ ਅਗਮ ਦੇਖੋ ਕੁਛ ਨਾ ਕੁਛ ਲੱਗਿਆ ਹੋਇਆ ਲੱਭਣ। ਹੈਲੋ,